अमेरिका के न्यूयॉर्क पुलिस विभाग ने एक सिख सैनिक को दाढ़ी बनाने से रोका है और जिसको लेकर सिख समुदाय में रोष देखने को मिल रहा है इस मामले में हमारे संवाददाता नितिन धीमान ने फिलहाल खास बातचीत की है अमेरिका पुलिस बीच जे स्टेट ट्रूपर ने उन्हें जेडे सिख सैनिक कई सालों तक सेवा दे रहे हैं ਦਾੜੀ ਉਹ ਜਿਆਦਾ ਨਹੀਂ ਵਧਾ ਸਕਦੇ ਇੱਕ ਨੇ ਮੰਗ ਕੀਤੀ ਉਸ ਤੋਂ ਬਾਅਦ ਉਹਨੂੰ ਰਿਜੈਕਟ ਕਰ ਦਿੱਤਾ ਗਿਆ ਪੂਰੇ ਦੁਨੀਆ ਦੇ ਵਿੱਚ ਸਿੱਖ ਸਮਾਜ ਦੇ ਵਿੱਚ ਇਹਨੂੰ ਲੈ ਕੇ ਰੋਸ ਹੈ ਮੇਰੇ ਨਾਲ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮਿੰਦਰ ਸਿੰਘ ਕਾਲਕਾ ਨੇ ਗੱਲਬਾਤ ਕਰਾਂਗੇ ਸਰ ਇਹ ਪੂਰਾ ਇਨਸੀਡੈਂਟ ਜਿਸ ਤੂੰ ਸੀ ਕਿਸ ਤਰੀਕੇ ਨਾਲ ਦੇਖ ਰਹੇ ਹੋ ਦੇਖੋ ਅ ਅੱਜ ਅਮਰੀਕਾ ਖਾਲੀ ਅਮਰੀਕਨਸ ਦਾ ਨਹੀਂ ਰਹਿ ਗਿਆ ਅੱਜ ਪੂਰੀ ਦੁਨੀਆ ਦੇ ਉੱਥੇ ਲੋਕ ਵਸਦੇ ਨੇ ਔਰ ਖਾਸ ਤੌਰ ਤੇ ਸਿੱਖ ਸਮੁਦਾਇ ਜਿਹੜਾ ਇੰਨੇ ਸਾਲਾਂ ਤੋਂ ਉੱਥੇ ਹਰ ਫੀਲਡ ਦੇ ਵਿੱਚ ਉੱਥੇ ਦੀ ਭਾਵੇਂ ਕਿਸਾਨੀ ਦੀ ਗੱਲ ਕਰੀਏ ਭਾਵੇਂ ਉੱਥੇ ਦੀ ਵਿਗਿਆਨਿਕ ਦੀ ਗੱਲ ਕਰੀਏ ਭਾਵੇਂ ਉੱਥੇ ਦੀ ਰਾਜਨੀਤੀ ਦੀ ਗੱਲ ਕਰੀਏ ਉੱਥੇ ਦੀ ਵੱਡੀਆਂ ਇੰਡਸਟਰੀ ਦੀ ਗੱਲ ਕਰੀਏ ਅੱਜ ਸਿੱਖਾਂ ਦਾ ਬਹੁਤ ਵੱਡਾ ਯੋਗਦਾਨ ਹੈ ਅਮਰੀਕਾ ਨੂੰ ਡਿਵੈਲਪ ਕਰਨ ਦੇ ਵਿੱਚ ਵੀ ਔਰ ਜਿਸ ਤਰੀਕੇ ਦੇ ਨਾਲ ਕਿਉਂਕਿ ਇੱਕ ਮਾਰਸ਼ਲ ਕੌਮ ਦੇ ਹੋਣ ਦੇ ਨਾਤੇ ਸਿੱਖਾਂ ਦੀ ਇੱਕ ਭਾਵਨਾ ਰਹਿੰਦੀ ਹੈ ਕਿ ਅਸੀਂ ਜਿਹੜੇ ਵੀ ਦੇਸ਼ ਚ ਰਹੀਏ ਅਸੀਂ ਉਹਦੀ ਹਫਾਜ਼ਤ ਲਈ ਆਪਣਾ ਯੋਗਦਾਨ ਪਾਈ ਹੈ ਔਰ ਜਿਹੜੇ ਵੀ ਸਿੱਖ ਭਰਾ ਉਸ ਫੌਜ ਦੇ ਵਿੱਚ ਰਹਿੰਦੇ ਆ ਉਹਨਾਂ ਨੇ ਹੁਣ ਜਿਹੜੀ ਇਮਨਸ਼ਾ ਜ਼ਾਹਿਰ ਕੀਤੀ ਹੈ ਕਿ ਆਪਣੀਆਂ ਦਾੜੀਆਂ ਪੂਰੀਆਂ ਵਧਾਣ ਦੀਆਂ ਇਹਦੇ ਉੱਤੇ ਸਰਕਾਰ ਨੂੰ ਕੋਈ ਰੋਕ ਨਹੀਂ ਲਾਣੀ ਚਾਹੀਦੀ ਔਰ ਮੈਂ ਸਮਝਦਾ ਕਿ ਇਹਦੇ ਵਸੇ ਹੀ ਜਿਹੜੀ ਹਿੰਦੁਸਤਾਨ ਦੀ ਸਰਕਾਰ ਹੈ ਸਾਡੇ ਐਕਸਟਰਨਲ ਅਫੇਅਰ ਮਿਨਿਸਟਰ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਤਾਂਕਿ ਇਹ ਸਰਕਾਰੀ ਲੈਵਲ ਤੇ ਵੀ ਗੱਲ ਹੋਵੇ ਔਰ ਜਿਹੜੀਆਂ ਜਥੇਬੰਦੀਆਂ ਨੇ ਅਮਰੀਕਾ ਦੀਆਂ ਸਿੰਘ ਸਭਾਵਾਂ ਨੇ ਵੱਡੀਆਂ ਉਹਨਾਂ ਨਾਲ ਗੱਲ ਕਰਾਂਗੇ ਕਿ ਇਹਦੇ ਉੱਤੇ ਉਹ ਵੀ ਸਾਰੇ ਇਕਜੁੱਟ ਹੋਣ ਔਰ ਇਸ ਜਿਹੜੀ ਕੌਨਨ ਨੂੰ ਲੈ ਕੇ ਅਸੀਂ ਸੁਨਿਸ਼ਚਿਤ ਕਰਾਈਏ ਕਿ ਉਹਦੇ ਵਿੱਚ ਕੋਈ ਮर्यादा ਦੇ ਵਿੱਚ ਸਾਨੂੰ ਉਲੰਘਣਾ ਨਾ ਹੋਏ ਕੋਈ ਮर्याਦਾ ਨਾਲ ਸਾਡੀ ਛੇੜਛਾੜ ਨਾ ਕਰ ਸਕੇ ਤੁਸੀਂ ਲਿਖ ਰਹੇ ਐਮਈਓ ਨੂੰ ਜਾਂ ਸਿਕਜਤ ਬਿਲਕੁਲ ਹੋਣੇ ਲਿਖ ਕੇ ਤੁਹਾਨੂੰ ਤੁਹਾਨੂੰ ਵੀ ਲੈਟਰ ਦੇ ਦਾਂਗੇ ਔਰ ਸਾਡਾ ਡੈਲੀਗੇਸ਼ਨ ਦੀ ਉੱਥੇ ਮੀਟਿੰਗ ਦੀ ਮੰਗ ਵੀ ਕਰਦੇ ਆ ਕਿ ਅਸੀਂ ਜਾ ਕੇ ਮੰਗ ਕਰਾਂਗੇ ਤਾਂਕਿ ਉੱਥੇ ਅਮਰੀਕਾ ਦੇ ਰਾਜਦੂਤ ਨਾਲ ਗੱਲ ਕਰਕੇ ਇਹਨੂੰ ਸੁਨਿਸ਼ਚਿਤ ਕੀਤਾ ਜਾਵੇ ਪਹਿਲੇ ਵੀ ਕਈ ਦੇਸ਼ਾਂ ਦੇ ਵਿੱਚ ਇਸ ਤਰੀਕੇ ਦੀਆਂ ਚੀਜ਼ਾਂ ਹੋਈਆਂ ਤੇ ਅਸੀਂ ਦੇਖਿਆ ਕਿ ਤੁਸੀਂ ਗਏ ਐਮਈ ਨੂੰ ਮਿਲੇ ਉਹ ਚੀਜ਼ਾਂ ਰਿਸੋਲਵ ਹੋਈਆਂ ਇਦੇ ਵਿੱਚ ਕਿੰਨੀ ਉਮੀਦ ਹੈ ਕਿ ਰਿਜ਼ੋਲਵ ਹੋ ਸਕਦਾ ਦੇਖੋ ਆਪਣੀ ਗੱਲ ਨੂੰ ਪ੍ਰੋਪਰ ਤਰੀਕੇ ਦੇ ਨਾਲ ਰੱਖੋ ਤੇ ਸਾਰੀਆਂ ਗੱਲਾਂ ਰਿਜ਼ੋਲਵ ਹੁੰਦੀਆਂ ਕਈ ਗੱਲਾਂ ਸਮਝਣੀਆਂ ਪੈਂਦੀਆਂ ਤੇ ਕਈ ਸਮਝਾਉਣੀਆਂ ਪੈਂਦੀਆਂ ਔਰ ਮੈਂ ਸਮਝਦਾ ਕਿ ਅਮਰੀਕਾ ਵਰਗੀ ਕੰਟਰੀ ਜਿਹੜੀ ਸਿੱਖਾਂ ਨੂੰ ਹਰ ਚੀਜ਼ ਦੇ ਉੱਤੇ ਮਾਨਤਾ ਦਿੰਦੀ ਹੈ ਹਰ ਚੀਜ਼ ਦੇ ਉੱਤੇ ਅੱਗੇ ਰੱਖਦੀ ਹੈ ਉਹਨਾਂ ਨੂੰ ਵੀ ਅਗਰ ਇਸ ਚੀਜ਼ ਦੇ ਉੱਤੇ ਪੂਰੀ ਤਰੀਕੇ ਨਾਲ ਕਿਉਂਕਿ ਜਿਸ ਵਕਤ ਪੱਗ ਦੀ ਲੜਾਈ ਲੜੀ ਸੀ ਅਸੀਂ 2016 ਦੇ ਵਿੱਚ ਪੱਗ ਨੂੰ ਬੜੀ ਮਾਨਤਾ ਜਦ ਫੌਜ ਦੇ ਵਿੱਚ ਮਿਲੀ ਬਹੁਤ ਵੱਡੀ ਲੰਬੀ ਲੜਾਈ ਲੜੀ ਹੈ ਉੱਥੇ ਦੀ ਸਿੱਖਾਂ ਨੇ ਵੀ ਔਰ ਦਿੱਲੀ ਕਮੇਟੀ ਨੇ ਵੀ ਆਪਣ ਤੇ ਵੀ ਅਸੀਂ ਉਹਨਾਂ ਨੂੰ ਜਿੱਥੇ ਅਵੇਅਰ ਕਰਾਵਾਂਗੇ ਮੈਨੂੰ ਲੱਗਦਾ ਹੈ ਕਿ ਇਹਦਾ ਮਸਲਾ ਵੀ ਜਲਦੀ ਹੱਲ ਹੋ ਜਾਏਗਾ ਗੱਲ ਕਰਨੋ ਇਹ ਸੀ ਹਰਮਿੰਦਰ ਸਿੰਘ ਕਾਲਕਾ ਜਿਨ੍ਹਾਂ ਨੇ ਦੱਸਿਆ ਕਿ ਕਿਵੇਂ ਐਮਈਏ ਦੇ ਵਿੱਚ ਜਾਣਗੇ ਤੇ ਮੰਗ ਕੀਤੀ ਜਾਏਗੀ ਕਿ ਇਸ ਮਾਮਲੇ ਨੂੰ ਰਿਜ਼ੋਲਵ ਕਰਾਇਆ ਜਾਏ ਦਿੱਲੀ ਤੋਂ ਕੈਮਰਾਮੈਨ ਅਦਿਤ ਨਾਲ ਨਿਤਿੰਤਿ ਮਾਨ ਐਮੇਸ਼ਮਨ ਨਿਊਜ਼